ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੁਨੀਆ ਲਈ ਚਾਨਣ ਮੁਨਾਰਾ ਹਨ, ਜੀਵਨ ਜਾਚ ਦੱਸ ਰਹੇ ਹਨ। ਅੱਜ ਮੈਂ ਆਪ ਜੀ ਦੇ ਸਾਹਮਣੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਉਸਤਤ ਦੇ ਵਿੱਚ ਇਹ ਕਵਿਤਾ ਕਹਿਣ ਜਾ ਰਿਹਾ ਹਾਂ। ਸੁਰਤੀਆਂ ਬਿਰਤੀਆਂ ਇਕਾਗਰ ਕਰਕੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀਓ। ਗੁਰੂਆਂ ਭਗਤਾਂ ਤੇ ਗੁਰਸਿੱਖ ਪਿਆਰਿਆਂ ਦੇ ਸ਼ੁਭ ਬਚਨਾਂ ਵਿਚਾਰਾਂ ਦਾ ਤੱਤ ਬਾਣੀ ਜੁਗੋ ਜੁਗ ਅਟਲ ਇਹ ਜੋਤ ਸੱਚੀ ਸਦਾ ਰਹੀ ਤੇ ਰਹੇਗੀ ਸਤ ਬਾਣੀ ਰਚੀ ਗਈ ਇਹ ਸਾਰੀ ਮਨੁੱਖਤਾ ਲਈ ਰਚੀ ਗਈ ਇਹ ਸਾਰੀ ਮਨੁੱਖਤਾ ਲਈ ਭਲਾ ਮੰਗਦੀ ਸਦਾ ਸਰਬੱਤ ਬਾਣੀ ਪੜ੍ਹੇ ਸੁਣੇ ਵਿਚਾਰੇ ਤੇ ਮੰਨੇ ਜਿਹੜਾ ਕੱਢੇ ਉਸ ਦੇ ਦਿਲੋਂ ਕੁਸੱਤ ਬਾਣੀ ਪਾਵਨ ਗ੍ਰੰਥ ਨੇ ਦੁਨੀਆਂ 'ਚ ਕਈ ਭਾਵੇਂ ਪਾਵਨ ਗ੍ਰੰਥ ਨੇ ਦੁਨੀਆਂ 'ਚ ਕਈ ਭਾਵੇਂ ਪਰ ਗੁਰੂ ਗ੍ਰੰਥ ਜੀ ਇੱਕੋ ਸੰਸਾਰ ਅੰਦਰ ਰੱਬੀ ਤੱਤ ਹਨ ਜੁਗਾਂ ਜੁਗਾਂਤਰਾਂ ਦੇ ਧੁਰ ਕੀ ਬਾਣੀ ਦੇ ਭਰੇ ਭੰਡਾਰ ਅੰਦਰ ਰੱਬੀ ਤੱਤ ਹਨ ਜੁਗਾਂ ਜੁਗਾਂਤਰਾਂ ਦੇ ਧੁਰ ਕੀ ਬਾਣੀ ਦੇ ਭਰੇ ਭੰਡਾਰ ਅੰਦਰ ਦੈਵੀ ਗਿਆਨ ਦਾ ਹੈ ਅਮੁੱਕ ਸੋਮਾ ਬ੍ਰਹਮ ਗਿਆਨ ਇਸ ਬ੍ਰਹਮ ਵਿਚਾਰ ਅੰਦਰ ਤੇ ਬਾਣੀ ਸਦਾ ਹੀ ਸਾਨੂੰ ਇਹ ਸੇਧ ਦੇਵੇ ਰਹਿਣਾ ਕਮਲ ਦੇ ਵਾਂਗ ਸੰਸਾਰ ਅੰਦਰ ਬਾਣੀ ਸਦਾ ਹੀ ਸਾਨੂੰ ਇਹ ਸੇਧ ਦੇਵੇ ਰਹਿਣਾ ਕਮਲ ਦੇ ਵਾਂਗ ਸੰਸਾਰ ਅੰਦਰ ਤੋ ਗੁਰੂਆਂ ਭਗਤਾਂ ਤੇ ਗੁਰਸਿੱਖ ਪਿਆਰਿਆਂ ਦੀ ਬਾਣੀ ਇਕੱਠੀ ਕਰਵਾਈ ਸੀ ਗੁਰੂ ਅਰਜਨ ਰਾਮ ਸਰ ਸਰੋਵਰ ਦੇ ਬਹਿ ਕੰਡੇ ਸੁਰਤੀ ਬਿਰਤੀ ਲਗਾਈ ਸੀ ਗੁਰੂ ਅਰਜਨ ਕਲਮ ਦੇ ਕੇ ਹੱਥ ਗੁਰਦਾਸ ਜੀ ਦੇ ਪਾਵਨ ਬਾਣੀ ਲਿਖਵਾਈ ਸੀ ਗੁਰੂ ਅਰਜਨ ਭਾਦੋ ਸੁਧੀ ਏਕਮ ਅੰਮ੍ਰਿਤ ਸਰ ਅੰਦਰ ਸਾਰੀ ਸੰਗਤ ਬੁਲਾਈ ਸੀ ਗੁਰੂ ਅਰਜਨ ਭਾਦੋ ਸੁਧੀ ਏਕਮ ਅੰਮ੍ਰਿਤ ਸਰ ਅੰਦਰ ਸਾਰੀ ਸੰਗਤ ਬੁਲਾਈ ਸੀ ਗੁਰੂ ਅਰਜਨ ਪਾਵਨ ਬੀੜ ਲਿਆ ਕੇ ਹਰੀ ਮੰਦਰ ਪਾਵਨ ਬੀੜ ਲਿਆ ਕੇ ਹਰੀ ਮੰਦਰ ਜਦ ਪ੍ਰਕਾਸ਼ ਕਰਵਾਇਆ ਸੀ ਪਾਤਸ਼ਾਹ ਨੇ ਪੋਥੀ ਸਾਹਿਬ ਸਜਾ ਕੇ ਤਖਤ ਉੱਤੇ ਥੱਲੇ ਆਸਣ ਲਗਾਇਆ ਸੀ ਪਾਤਸ਼ਾਹ ਨੇ ਪੋਥੀ ਸਾਹਿਬ ਸਜਾ ਕੇ ਤਖਤ ਉੱਤੇ ਥੱਲੇ ਆਸਣ ਲਗਾਇਆ ਸੀ ਪਾਤਸ਼ਾਹ ਨੇ ਮੇਰੀ ਦੇਹ ਤੋਂ ਵੱਧ ਸਤਿਕਾਰ ਕਰਿਓ ਸੰਗਤਾਂ ਤਾਈਂ ਸਮਝਾਇਆ ਸੀ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਤਾਈਂ ਸਨਮਾਨ ਦੇ ਕੇ ਮੁੱਖ ਗ੍ਰੰਥੀ ਬਣਾਇਆ ਸੀ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਤਾਈਂ ਸਨਮਾਨ ਦੇ ਕੇ
ਪਹਿਲੇ ਗ੍ਰੰਥੀ ਬਣਾਇਆ ਸੀ ਪਾਤਸ਼ਾਹ ਨੇ, ਤੋ ਜਗਦੇ ਦੀਵੇ ਨਾਲ ਜਗਦਾ ਹੈ ਜਿਵੇਂ ਦੀਵਾ, ਜਗਦੇ ਦੀਵੇ ਨਾਲ ਜਗਦਾ ਹੈ ਜਿਵੇਂ ਦੀਵਾ, ਦਸਾਂ ਗੁਰੂਆਂ ਨੇ ਜੋਤ ਜਗਾਈ ਸੋਹਣੀ, ਸਮੇਂ ਸਮੇਂ ਤੇ ਧਾਰ ਕੇ ਦਸ ਜਾਮੇ, ਇੱਕ ਦੂਜੇ 'ਚ ਜੋਤ ਸੀ ਪਾਈ ਸੋਹਣੀ, ਮੁੱਖੋਂ ਆਦਿ ਗ੍ਰੰਥ ਨੂੰ ਗੁਰੂ ਕਹਿ ਕੇ ਜੋਤ ਸ਼ਬਦ ਦੇ ਵਿੱਚ ਸਮਾਈ ਸੋਹਣੀ, ਜੁਗੋ ਜੁਗ ਅਟਲ ਹੈ ਗੁਰਬਾਣੀ, ਇਹਨੂੰ ਮਿਲੀ ਸੀ ਪਾਵਨ ਗੁਰਿਆਈ ਸੋਹਣੀ, ਜੁਗੋ ਜੁਗ ਅਟਲ ਹੈ ਗੁਰਬਾਣੀ, ਇਹਨੂੰ ਮਿਲੀ ਸੀ ਪਾਵਨ ਗੁਰਿਆਈ ਸੋਹਣੀ। ਤੋ ਸਰੋਤਾ ਜਨੋ, ਅੱਲਾ ਰਾਮ ਤੇ ਵਾਹਿਗੁਰੂ ਹੈ ਇੱਕੋ, ਅੱਲਾ ਰਾਮ ਤੇ ਵਾਹਿਗੁਰੂ ਹੈ ਇੱਕੋ, ਤਤ ਸਾਰੇ ਸਾਨੂੰ ਸਮਝਾਏ ਬਾਣੀ, ਜਿਹਦੇ ਹੁਕਮ ਚ ਵਰਤ ਰਹੀ ਖੇਡ ਸਾਰੀ, ਉਸੇ ਕਰਤੇ ਦੇ ਲੜ ਹੀ ਲਾਏ ਬਾਣੀ, ਜਿਹਦੇ ਹੁਕਮ ਚ ਵਰਤ ਰਹੀ ਖੇਡ ਸਾਰੀ, ਉਸੇ ਕਰਤੇ ਦੇ ਲੜ ਹੀ ਲਾਏ ਬਾਣੀ, ਏਕ ਨੂਰ ਤੋਂ ਉਪਜਿਆ ਜੱਗ ਸਾਰਾ, ਵੰਡ ਵਿਤਕਰੇ ਸਾਰੇ ਮਿਟਾਏ ਬਾਣੀ, ਤੇ ਸ਼ੁਭ ਅਮਲਾਂ ਦੇ ਬਾਝੋ ਨਹੀਂ ਗੱਲ ਬਣਨੀ, ਵਾਰ ਵਾਰ ਇਹ ਗੱਲ ਦੁਹਰਾਏ ਬਾਣੀ, ਸ਼ੁਭ ਅਮਲਾਂ ਦੇ ਬਾਝੋ ਨਹੀਂ ਗੱਲ ਬਣਨੀ, ਵਾਰ ਵਾਰ ਇਹ ਗੱਲ ਦੁਹਰਾਏ ਬਾਣੀ। ਤੇ ਅੰਮ੍ਰਿਤ ਰਸ ਨੂੰ ਜਿਹੜੇ ਵੀ ਚੱਖ ਲੈਂਦੇ, ਅੰਮ੍ਰਿਤ ਰਸ ਨੂੰ ਜਿਹੜੇ ਵੀ ਚੱਖ ਲੈਂਦੇ, ਅੰਮ੍ਰਿਤ ਸਾਗਰ ਚ ਲਾਉਂਦੇ ਉਹ ਤਾਰੀਆਂ ਨੇ, ਸਾਰੇ ਰੋਗਾਂ ਦਾ ਦਾਰੂ ਹੈ ਗੁਰਬਾਣੀ, ਖਤਮ ਹੁੰਦੀਆਂ ਜੜੋਂ ਬਿਮਾਰੀਆਂ ਨੇ, ਆ ਮੁਰਦਾ ਰੂਹਾਂ ਚ ਜ਼ਿੰਦਗੀ ਸਰਕ ਪੈਂਦੀ, ਇਹਦੇ ਵਿੱਚ ਹੀ ਬਰਕਤਾਂ ਸਾਰੀਆਂ ਨੇ, ਤੇ ਨਾਮ ਬਾਣੀ ਚ ਜਿਹੜੇ ਨੇ ਲੀਨ ਰਹਿੰਦੇ, ਚੜੀਆਂ ਰਹਿੰਦੀਆਂ ਨਾਮ ਖੁਮਾਰੀਆਂ ਨੇ, ਨਾਮ ਬਾਣੀ ਚ ਜਿਹੜੇ ਨੇ ਲੀਨ ਰਹਿੰਦੇ, ਚੜੀਆਂ ਰਹਿੰਦੀਆਂ ਨਾਮ ਖੁਮਾਰੀਆਂ ਨੇ। ਤੋ ਇੱਕ ਗੱਲ ਸਾਰੀ ਦੁਨੀਆ ਦੇ ਲੋਕ ਯਾਦ ਰੱਖਣ ਕਿ ਸਰਬ ਸਾਂਝੀ ਇਹ ਸਾਰੀ ਮਨੁੱਖਤਾ ਲਈ, ਸਰਬ ਸਾਂਝੀ ਇਹ ਸਾਰੀ ਮਨੁੱਖਤਾ ਲਈ, ਸਮਝ ਲਏ ਜੇ ਸਾਰਾ ਸੰਸਾਰ ਬਾਣੀ, ਚੰਚਲ ਮਨ ਦੇ ਘੋੜੇ ਇਸ ਅਥਰੇ ਨੂੰ, ਚੰਚਲ ਮਨ ਦੇ ਘੋੜੇ ਨੂੰ ਕਰੇ ਕਾਬੂ, ਰੱਬੀ ਪਿਆਰ ਵਾਲੇ ਚਾਬਕ ਮਾਰ ਬਾਣੀ, ਲੋਕੀ ਮਰ ਕੇ ਮੁਕਤੀਆਂ ਭਾਲਦੇ ਨੇ, ਪਰ ਜਿਉਂਦੇ ਜੀ ਹੀ ਦਿੰਦੀ ਏ ਤਾਰ ਬਾਣੀ, ਲੋਕੀ ਮਰ ਕੇ ਮੁਕਤੀਆਂ ਭਾਲਦੇ ਨੇ, ਜਿਉਂਦੇ ਜੀ ਹੀ ਦਿੰਦੀ ਏ ਤਾਰ ਬਾਣੀ, ਗੁਰੂ ਚਰਨਾਂ ਚ ਜਾਚ ਕੇ ਅਰਦਾਸ ਕਰੀਏ, ਸਾਡੇ ਜੀਵਨ ਦਾ ਬਣੇ ਆਧਾਰ ਬਾਣੀ, ਗੁਰੂ ਚਰਨਾਂ ਚ ਜਾਚ ਕੇ ਅਰਦਾਸ ਕਰੀਏ,
ਸਾਡੇ ਜੀਵਨ ਦਾ ਬਣੇ ਆਧਾਰ ਬਾਣੀ, ਸਾਡੇ ਜੀਵਨ ਦਾ ਬਣੇ ਆਧਾਰ ਬਾਣੀ, ਸਾਡੇ ਜੀਵਨ ਦਾ ਬਣੇ ਆਧਾਰ ਬਾਣੀ।